ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹੁਸ਼ਿਆਰਪੁਰ ਦੀ ਇੱਕ ਔਰਤ ਕਿਰਨ ਪਾਲਾ। ਹਮੇਸ਼ਾ ਯਹਾਂ ਪੇ ਰਹਿਣਾ ਚਾਹਤੀ ਹੂੰ, ਯਹਾਂ ਸੇ ਨਹੀਂ ਜਾਣਾ ਚਾਹਤੀ। ਅਗਰ ਮੁਝੇ ਯਹਾਂ ਸੇ ਭੇਜਾ ਗਿਆ ਤੋ ਮੈਂ ਮਰ ਕੇ ਹੀ ਜਾਊਂਗੀ, ਜ਼ਿੰਦਗੀ ਤੋ ਮੈਂ ਵੀ ਨਹੀਂ ਜਾਤੀ। ਜੋ ਹੁਸ਼ਿਆਰਪੁਰ ਦੇ ਗੜਸ਼ੰਕਰ ਦੇ ਇੱਕ ਪਰਿਵਾਰ ਵਿੱਚ ਵਿਆਹੀ ਸੀ, ਜਿਸ ਦੇ ਕੋਲ 3 ਬੱਚੇ ਵੀ ਨੇ, ਅਤੇ ਜੋ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਉੱਤੇ ਪੰਜਾਬ ਤੋਂ ਜਥੇ ਦੇ ਨਾਲ ਪਾਕਿਸਤਾਨ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਗਈ ਸੀ। ਪਰ ਉਹ ਗਈ ਤਾਂ ਜ਼ਰੂਰ, ਪਰ ਉਸਦੀ ਵਾਪਸੀ ਨਹੀਂ ਹੋਈ, ਕਿਉਂਕਿ ਉਸਨੇ ਉੱਥੇ ਜਾ ਕੇ ਆਪਣਾ ਧਰਮ ਬਦਲ ਲਿਆ ਅਤੇ ਇੱਕ ਮੁਸਲਮਾਨ ਨੌਜਵਾਨ ਦੇ ਨਾਲ ਨਿਕਾਹ ਕਰ ਲਿਆ। ਅਤੇ ਇਸ ਸਭ ਬਾਰੇ ਕਿਰਨ ਬਾਲਾ ਨੇ ਆਪ ਆਪਣੇ ਸਹੁਰੇ ਨੂੰ ਫੋਨ ਕਰਕੇ ਸਭ ਸੱਚਾਈ ਦੱਸੀ। ਪਹਿਲਾਂ ਤਾਂ ਉਹਨਾਂ ਨੇ ਯਕੀਨ ਨਹੀਂ ਕੀਤਾ, ਪਰ ਕੁਝ ਨਿੱਜੀ ਨਿਊਜ਼ ਚੈਨਲਾਂ ਦੇ ਵਿੱਚ ਖਬਰ ਆਉਣ ਤੋਂ ਬਾਅਦ ਉਹਨਾਂ ਨੂੰ ਯਕੀਨ ਹੋਇਆ। ਮੇਰੀ ਬਹੂ ਸੀ ਕਿਰਨ ਬਾਲਾ, ਜਿਹੜੀ ਨਨਕਾਣਾ ਸਾਹਿਬ ਗਈ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸਾਖੀ ਦੇ ਜਥੇ ਦੇ ਨਾਲ ਜੀ, ਅਤੇ ਇੱਥੋਂ ਉਹਨੂੰ ਮੈਂ ਛੱਡ ਕੇ ਆਇਆ ਅਤੇ ਉਹਨਾਂ ਦੇ ਕੋਲ ਜਿਹੜੇ ਇਹਨਾਂ ਦੇ ਇੰਚਾਰਜ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਹਾਂਜੀ, ਉਹਨਾਂ ਦੇ ਕੋਲ ਮੈਂ ਉਹਨਾਂ ਨੂੰ 10 ਤਰੀਕ ਨੂੰ ਉਹਨਾਂ ਦੇ ਹੈਂਡ ਓਵਰ ਕਰਕੇ ਆਇਆ ਕਿ ਤੁਸੀਂ ਇਹਦੇ ਰਿਸਪੋਂਸੀਬਿਲਟੀ ਹੈਗੇ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਲੈ ਕੇ ਚੱਲੇ ਹਾਂ ਤਾਂ ਇਸੇ ਤਰ੍ਹਾਂ ਵਾਪਸ ਆ ਜਾਓ, ਵੀ ਇਕੱਲੀ ਆ, ਵੀ ਹੋਰ ਕੋਈ ਪਰਿਵਾਰ ਦਾ ਮੈਂਬਰ ਨਹੀਂ। ਅਤੇ ਉਹ ਕਹਿੰਦੇ ਨਹੀਂ ਠੀਕ ਹੈ ਜੀ, ਬਿਲਕੁਲ ਸਾਡੀ ਰਿਸਪੋਂਸੀਬਿਲਟੀ ਹੈ। ਅਤੇ ਪਰਸੋਂ ਉਹਦਾ ਸਾਡੀ ਬਹੂ ਦਾ ਫੋਨ ਆਇਆ ਕਿ ਮੈਂ ਇੱਧਰ ਜਿਹੜਾ ਹੈਗਾ ਧਰਮ ਪਰਿਵਰਤਨ ਕਰ ਲਿਆ ਅਤੇ ਨਿਕਾਹ ਕਰ ਲਿਆ। ਅਤੇ ਮੈਂ ਕਿਹਾ ਵੀ ਇਹ ਮਖੌਲ ਹੀ ਆ, ਮੈਂ ਨਾ ਹਾਸਾ ਮਖੌਲ ਕਰ ਦਿਆ। ਅਤੇ ਅੱਜ ਮੈਨੂੰ ਜਿਹੜਾ ਹੈਗਾ BBC ਲੰਡਨ ਤੋਂ ਉਹਨਾਂ ਦੇ ਨਿਊਜ਼ ਚੈਨਲ ਵਾਲਿਆਂ ਦਾ ਉਹਨਾਂ ਦਾ ਫੋਨ ਆਇਆ ਕਿ ਇਸ ਤਰ੍ਹਾਂ ਤੁਹਾਡੀ ਕਿਰਨ ਬਾਲਾ, ਤੁਸੀਂ ਉਹਦੇ ਕੀ ਲੱਗਦੇ ਹੋ? ਮੈਂ ਕਿਹਾ ਜੀ ਮੈਂ ਉਹਦਾ ਸਹੁਰਾ ਪਿਤਾ ਹਾਂ। ਅਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਗੱਲਬਾਤ ਹੋ ਗਈ ਵੀ ਉਹਨਾਂ ਨੇ ਧਰਮ ਪਰਿਵਰਤਨ ਕਰ ਲਿਆ ਅਤੇ ਇੱਧਰ ਨਿਕਾਹ ਕਰ ਲਿਆ, ਤੁਸੀਂ ਕੀ ਚਾਹੁੰਦੇ ਹਾਂ? ਮੈਂ ਕਿਹਾ ਜੀ ਅਸੀਂ ਤਾਂ ਆਪਣੇ ਉਹਨੂੰ ਵਾਪਸ ਚਾਹੁੰਦੇ ਹਾਂ ਕਿ ਉਹਨੂੰ ਵਰਗਲਾ ਲਿਆ, ਇੱਥੋਂ ਤਾਂ ਉਹ ਆਪਣੇ ਨਨਕਾਣਾ ਸਾਹਿਬ ਨੂੰ ਗਏ ਆ, ਅਸੀਂ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੂੰ ਵੀ, ਜਿਹੜੇ ਉੱਥੇ ਦੇ ਇੰਚਾਰਜ ਸੀ, ਅਸੀਂ ਉਹਨਾਂ ਦੇ ਨਾਲ ਵੀ ਹੁਣ ਸੰਪਰਕ ਕਰਾਂਗੇ ਵੀ ਉਹ ਸਾਡੀ ਬਹੂ ਇੱਥੇ ਆਉਣੀ ਚਾਹੀਦੀ ਹੈ ਅਤੇ ਕਾਨੂੰਨੀ ਕਾਰਵਾਈ ਜੋ ਜਿੱਥੇ ਤੱਕ ਹੋ ਸਕਦੀ ਅਸੀਂ ਉਹ ਕਰਾਂਗੇ। ਕਿ ਮੇਰੇ 5:30 ਵਜੇ ਮੈਨੂੰ ਇਸ ਗੱਲ ਦੀ ਨਿਊਜ਼ ਮਿਲੀ ਹੈਗੀ ਜੀ, ਅਤੇ ਮੈਂ ਵੀ ਉੱਧਰ ਗਿਆ ਸੀ ਫਲੋਰ ਵੱਲਾਂ ਮੋਟਰਸਾਈਕਲ 'ਤੇ ਆਉਂਦੇ ਆਉਂਦੇ, ਤਾਂ ਫਿਰ ਮੈਂ ਉੱਥੋਂ ਉਹ ਤੋਂ ਬਾਅਦ ਮੇਰਾ ਇੱਧਰ ਨਿਤਨੇਮ ਦਾ ਟਾਈਮ ਹੋ ਗਿਆ ਅਤੇ ਇੱਧਰੋਂ ਨਿਤਨੇਮ ਤੋਂ ਵਿਹਲੇ ਹੋ ਕੇ ਹੁਣ ਸਵੇਰ ਨੂੰ ਗੱਲ ਕਰਾਂਗੇ ਜੀ। ਤੁਹਾਡਾ ਅੱਗੇ ਹੁਣ ਤੁਹਾਡੀ ਕੀ ਹੈ ਵੀ ਤੁਸੀਂ ਕਿਸ ਚੀਜ਼ ਨੂੰ ਅਪਰੋਚ ਕਰੋਗੇ? ਤੁਹਾਡਾ ਵਿਦੇਸ਼ ਮੰਤਰਾਲੇ ਨੂੰ ਅਪਰੋਚ ਕਰੋਗੇ, ਸ਼੍ਰੋਮਣੀ ਕਮੇਟੀ? ਅਸੀਂ ਵਿਦੇਸ਼ ਮੰਤਰਾਲੇ ਨੂੰ ਵੀ ਮੈਂ ਅਪਰੋਚ ਕਰੂੰਗਾ ਜੀ। ਇੱਧਰ ਆਪਣੇ ਜਿਹੜੇ ਸਾਡੇ ਇੱਥੇ ਮੁੱਖ ਮੰਤਰੀ ਸਾਹਿਬ ਹੈਗੇ ਆ ਉਹਨਾਂ ਨੂੰ ਅਤੇ ਹੋਰ ਜਿਹੜੇ ਸਾਡੇ ਇਲਾਕਾ ਦੇ ਵਿਧਾਇਕ ਹੈਗੇ ਆ ਉਹਨਾਂ ਦੇ ਨਾਲ ਅਤੇ ਸੈਂਟਰ ਗੌਰਮੈਂਟ ਨੂੰ, PM ਸਾਹਿਬ ਨੂੰ ਵੀ ਇਹ ਰਿਕੁਐਸਟ ਕਰਾਂਗੇ ਕਿ ਸਾਡੇ ਉਸ ਬਹੂ ਨੂੰ ਬਰਗਲਾ ਲਿਆ ਗਿਆ ਹੈ, ਕਿ ਮੈਨੂੰ ਤਾਂ ਇਹ ਸ਼ੱਕ ਪੈਂਦੀ ਹੈ ਕਿ ਉਹ ਮਤਲਬ IS ਦੇ ਹੱਥੋਂ ਚੜ੍ਹ ਗਈ। ਸਿੱਖ ਗੁਰਦੁਆਰਾ ਪਰ ਉਹ ਜੱਥਾ ਹੁਣ ਆ ਚੁੱਕਾ ਹੈਗਾ? ਨਹੀਂ ਅਜੇ, ਉਹਨੇ 20 ਤਰੀਕ ਤੱਕ ਉਹਨਾਂ ਦਾ ਉੱਧਰ ਹੈ ਜੀ, 21 ਤਰੀਕ ਨੂੰ ਵਾਪਸ ਆਉਣਾ।
ਤੇ ਤੁਹਾਨੂੰ ਜਿਹੜੇ ਜੱਥੇ ਦੇ ਜਿੰਨੇ ਬੰਦੇ ਗਏ ਉਹਨਾਂ ਦੇ ਵਿੱਚੋਂ ਕਿਸੇ ਦਾ ਵੀ ਫੋਨ ਹਾਲੇ ਤੱਕ ਨਹੀਂ ਆਇਆ? ਫੋਨ ਅਜੇ ਹੋਰ ਕਿਸੇ ਦਾ ਨਹੀਂ ਆਇਆ, ਸਿਰਫ ਬਹੂ ਨੇ ਹੀ ਫੋਨ? ਸਿਰਫ ਬਹੂ ਨੇ ਕੀਤਾ ਸੀ। ਪਾਸਪੋਰਟ ਉਹਨਾਂ ਦਾ ਬਣਿਆ ਸੀ, ਪਾਸਪੋਰਟ ਵੀ ਮੈਂ ਹੀ ਬਣਵਾ ਕੇ ਦਿੱਤਾ ਸੀ। ਤੁਸੀਂ ਖੁਦ ਛੱਡ ਕੇ ਆਏ ਸੀ ਨਨਕਾਣਾ? ਛੱਡ, ਮੈਂ ਖੁਦ ਉੱਥੇ ਮਤਲਬ ਅੰਮ੍ਰਿਤਸਰ ਛੱਡ ਕੇ ਆਇਆ ਸੀ। ਅੰਮ੍ਰਿਤਸਰ ਛੱਡ ਗਿਆ ਸੀ, ਟ੍ਰੇਨ ਛੱਡ ਗਿਆ ਸੀ, ਕਿੱਥੇ ਛੱਡ ਗਿਆ ਸੀ? ਨਹੀਂ ਅੰਮ੍ਰਿਤਸਰ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਵੀ ਹੋ ਸਕਦਾ ਕਿ ਹੋ ਸਕਦਾ ਤੁਹਾਡੀ ਨੂੰਹ ਉੱਥੇ ਗਈ ਨਾ ਹੋਵੇ? ਨਹੀਂ ਗਈ ਜੀ, ਉੱਥੇ ਗਈ ਆ। ਉਹਦਾ 11 ਤਰੀਕ ਨੂੰ ਉਹਨਾਂ ਨੂੰ ਪਾਸਪੋਰਟ ਮਿਲਣੇ ਸੀ ਅਤੇ 12 ਤਰੀਕ ਨੂੰ ਜੱਥੇ ਦੀ ਰਵਾਨਗੀ ਸੀ। ਉਹ ਤੋਂ ਬਾਅਦ ਫਿਰ ਮੈਨੂੰ ਫੋਨ ਆਉਂਦੇ ਰਹੇ ਆ 12 ਤਰੀਕ ਨੂੰ ਵੀ ਅਸੀਂ ਹੁਣ ਉੱਥੇ ਅਟਾਰੀ ਆ ਗਏ ਹਾਂ, ਅਟਾਰੀ ਹੁਣ ਅਸੀਂ ਨਨਕਾਣਾ ਸਾਹਿਬ ਨੂੰ ਚੱਲੇ ਹਾਂ, ਉਡੀਕ ਕਰਦੇ ਹਾਂ। ਉਹ ਤੋਂ ਬਾਅਦ ਫਿਰ ਫੋਨ ਆਇਆ ਵੀ ਅਸੀਂ ਇੱਥੋਂ ਚੱਲ ਪਏ ਹਾਂ, ਹੁਣ ਨਨਕਾਣਾ ਸਾਹਿਬ ਪਹੁੰਚ ਗਏ ਹਾਂ। ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਐਸ ਜੀ ਬੀ ਸੀ ਵਿੱਚ ਕਿਰਨ ਬਾਲਾ ਤੋਂ ਅਮੀਨਾ ਬਣੀ ਇਸ ਕੁੜੀ ਦਾ ਮਸਲਾ ਚੁੱਕਿਆ ਜਾਵੇਗਾ। ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਐਗਜ਼ੀਕਿਊਟਿਵ ਮੀਟਿੰਗ ਦੇ ਵਿੱਚ ਇਸ ਮਸਲੇ ਤੇ ਵਿਚਾਰ ਕੀਤਾ ਜਾਵੇਗਾ। ਫਿਲਹਾਲ ਐਸ ਜੀ ਬੀ ਸੀ ਵੀ ਖੁਫੀਆ ਏਜੰਸੀਆਂ ਦੇ ਉੱਤੇ ਠੀਕਰਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਮਸਲੇ ਦੇ ਉੱਤੇ। ਜਥੇ 'ਚ ਜਿਹੜਾ ਵਿਸਾਖੀ ਪੁਰਬ 'ਤੇ ਜਥਾ ਪਾਕਿਸਤਾਨ ਗਿਆ ਹੈ, ਉਹਦੇ ਵਿੱਚ ਇੱਕ ਬੀਬੀ ਗਈ ਹੈ ਜਿਹਦੇ ਬਾਰੇ ਪਤਾ ਲੱਗਾ ਹੈ ਵੀ ਉਹਨੇ ਉੱਧਰ ਜਾ ਕੇ ਜਥੇ ਤੋਂ ਲਾਂਭੇ ਹੋ ਗਈ ਹੈ। ਪਰ ਉਹਦਾ ਵੇਰਵਾ ਸਾਰਾ ਜਦੋਂ ਜਥਾ ਵਾਪਸ ਆਏਗਾ, ਜਿਹੜਾ ਸਾਡਾ ਪਾਰਟੀ ਲੀਡਰ ਗਏ ਨੇ ਨਾਲ ਬੋ ਸਾਹਿਬ, ਉਹਨਾਂ ਦੇ ਆਉਣ 'ਤੇ ਹੀ ਸਾਰੀ ਪੁਜੀਸ਼ਨ ਜਿਹੜੀ ਆ ਉਹ ਸਪਸ਼ਟ ਹੋਏਗੀ ਕਿ ਇਹ ਘਟਨਾ ਜਿਹੜੀ ਆ ਉੱਥੇ ਕਿਵੇਂ ਵਾਪਰੀ ਹੈ, ਕਿਸ ਤਰੀਕੇ ਨਾਲ ਇਹ ਬਟਰੇ ਹੋਇਆ ਹੈ, ਕਿਉਂ ਹੋਇਆ ਹੈ, ਔਰ ਉਹਦੇ ਬਾਰੇ ਸਾਡੀ ਆ ਘੋਖ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਕੌਣ ਸੀ ਜਨਾਨੀ, ਕਿੱਥੋਂ ਦੀ ਰਹਿਣ ਵਾਲੀ ਸੀ? ਗੜ ਸ਼ੰਕਰ ਦੀ ਉਹਨੇ ਜੋ ਪਾਸਪੋਰਟ 'ਤੇ ਐਡਰੈਸ ਲਿਖਾਇਆ ਉਹ ਗੜ ਸ਼ੰਕਰ ਦਾ ਹੈ, ਔਰ ਉਹਨੇ ਵਾਈਫ ਆਫ ਨਰਿੰਦਰ ਸਿੰਘ ਲਿਖਾਇਆ ਹੈ। ਆਪ ਕਿਸੇ ਹਿੰਦੂ ਪਰਿਵਾਰ ਨਾਲ ਸੰਬੰਧਿਤ ਲੱਗਦੀ ਹੈ, ਔਰ ਇਹਦਾ ਮਾਮਲਾ ਜਿਹੜਾ ਹੈ ਉਹ ਪੜਤਾਲ ਦਾ ਮੁਤਾਜ ਹੈ। ਉਹ ਕਹਿੰਦੇ ਆ ਵੈਸੇ ਅਜੇ ਤੱਕ ਕੋਈ ਸਪਸ਼ਟ ਨਹੀਂ, ਅਤੇ ਸਹੁਰੇ ਦਾ ਕੋਈ ਪਤਾ ਲੱਗਾ ਵੀ ਉਹ ਗ੍ਰੰਥੀ ਸਿੰਘ ਨੇ ਉੱਥੋਂ ਦੇ, ਲੇਕਿਨ ਉਹ ਮੇਰੇ ਖਿਆਲ ਵਿਡੋ ਆ ਸ਼ਾਇਦ, ਉਹਦੇ ਦੋ ਬੱਚੇ ਵੀ ਨੇ। ਕੋਈ ਇਨਫੋਰਮੇਸ਼ਨ ਨਹੀਂ ਇਸ ਬਾਰੇ ਸਾਨੂੰ, ਕੁਛ ਵੀ ਨਹੀਂ ਕਹਿ ਸਕਦੇ ਜਿੰਨਾ ਚਿਰ ਸਾਨੂੰ ਕੋਈ ਇਨਫੋਰਮੇਸ਼ਨ ਹੀ ਨਹੀਂ ਆ ਓਫੀਸ਼ਲੀ, ਜਾਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਸਾਡੇ ਉਹ ਰਾਬਤੇ 'ਚ ਨਹੀਂ ਆ। ਜਿਹੜਾ ਜਿਹੜੇ ਵਿਅਕਤੀ ਇੱਥੋਂ ਗਏ ਨੇ ਸਾਰੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਤਿਕਾਰ ਨਾਲ ਆਪਣਾ ਪੁਰਬ ਮਨਾਉਣ ਵਾਸਤੇ ਗਏ ਨੇ, ਔਰ ਜੇ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਿਅਕਤੀ ਪਹਿਲਾਂ ਹੀ ਮੰਦਭਾਵਨਾ ਲੈ ਕੇ ਜਾਂਦਾ ਹੈ ਜਾਂ ਆਪਣੀ ਮਨਸ਼ਾ ਜਿਹੜੀ ਆ ਉਹ ਹੋਰ ਪ੍ਰਗਟ ਕਰਦਾ ਹੈ, ਅਤੇ ਉਹਦੇ ਵਾਸਤੇ ਤਾਂ ਉਹਦਾ ਅੰਦਰ ਹੀ ਸਵੈ ਪੜਚੋਲ ਉਹਦੀ ਆਪਣੇ ਆਪ ਹੀ ਕੀਤੀ ਜਾ ਸਕਦੀ ਹੈ ਨਾ। ਕੱਲ੍ਹ ਸਾਡੀ ਐਗਜੈਕਟਿਵ ਦੀ ਮੀਟਿੰਗ ਹੈ, ਉਹਦੇ ਵਿੱਚ ਮਾਮਲਾ ਰੱਖ ਕੇ ਵੇਖਾਂਗੇ ਕੀ ਹੋ ਸਕਦਾ ਹੈ। ਕੱਲ੍ਹ ਮੀਟਿੰਗ ਤੋਂ ਬਾਅਦ ਕੋਈ ਫੈਸਲਾ ਕੀਤਾ। ਇਹ ਤਾਂ ਸਾਰਾ ਕੁਝ ਵਿਸ਼ਵਾਸ ਨਾਲ ਜੁੜਿਆ ਹੋਇਆ, ਬਹੁਤ ਸਾਰੀਆਂ ਏਜੰਸੀਆਂ ਜਿਹੜੀਆਂ ਨੇ, ਬਹੁਤ ਸਾਰੇ ਸਰਕਾਰ ਜਿਹੜੀ ਆ ਉਹ ਆਪਣੇ ਸਾਧਨਾਂ ਰਾਹੀਂ ਇਹਨਾਂ ਦੀ ਸਾਰੀ ਪੜਤਾਲ ਵੀ ਕਰਵਾਉਂਦੀ ਆ, ਬਹੁਤ ਸਾਰੇ ਵੀਜ਼ੇ ਜਿਹੜੇ ਉਹ ਕੈਂਸਲ ਕਰ ਦਿੱਤੇ ਜਾਂਦੇ ਆ, ਅਤੇ ਮੈਂ ਸਮਝਦਾ ਵੀ ਜਾਂ ਤਾਂ ਇਹ ਸਰਕਾਰ ਦਾ ਜਿਹੜਾ ਖੁਫੀਆ ਏਜੰਸੀ ਸੀ ਉਹ ਹੀ ਇਸ ਨਕਾਮ 'ਚ ਫੇਲ ਹੋਈ ਆ, ਜਿਹੜੀ ਉਹਦੇ ਬਾਰੇ ਪੂਰੀ ਪੁਣਛਾਣ ਨਹੀਂ ਕਰ ਸਕੀ ਜਾਂ ਉਹਦੇ ਬਾਰੇ ਜਿਹੜੀ ਤਫਤੀਸ਼ ਚਾਹੀਦੀ ਉਹ ਸਹੀ ਨਹੀਂ ਕਰ ਸਕੀ। ਤੁਹਾਨੂੰ ਦੱਸ ਦਈਏ
ਕਿਰਨ ਬਾਲਾ 3 ਬੱਚਿਆਂ ਦੀ ਮਾਂ ਹੈ ਅਤੇ ਕੁਝ ਸਾਲ ਪਹਿਲਾਂ ਹੀ ਉਸਦੇ ਪਤੀ ਦੀ ਮੌਤ ਹੋ ਗਈ ਸੀ। ਕਿਰਨ ਦੀ ਸੱਸ ਨੇ ਵੀ ਦੱਸਿਆ ਕਿ ਉਹ ਘੰਟਿਆਂ ਬੱਧੀ ਫੋਨ ਦੇ ਉੱਤੇ ਕਿਸੇ ਦੇ ਨਾਲ ਲੱਗੀ ਰਹਿੰਦੀ ਸੀ, ਪਰ ਜੇ ਉਸ ਤੋਂ ਅਸੀਂ ਪੁੱਛਦੇ ਤਾਂ ਕਹਿੰਦੀ ਕਿ ਮੈਂ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਗੱਲ ਕਰ ਰਹੀ ਹਾਂ। ਪਰ ਉਹਨਾਂ ਨੂੰ ਅਜਿਹਾ ਕੋਈ ਅਹਿਸਾਸ ਨਹੀਂ ਸੀ ਕਿ ਪਾਕਿਸਤਾਨ ਦੇ ਵਿੱਚ ਕਿਸੇ ਦੇ ਨਾਲ ਉਸਦੀ ਇੰਨੀ ਲੰਬੀ ਗੱਲਬਾਤ ਚੱਲ ਰਹੀ ਹੈ ਅਤੇ ਕਿਰਨ ਬਾਲਾ ਅਮੀਨਾ ਬਣ ਜਾਵੇਗੀ। ਹੁਣ ਕਿਰਨ ਬਾਲਾ ਦੇ ਪਿੱਛੇ ਪੰਜਾਬ ਦੇ ਵਿੱਚ 3 ਬੱਚੇ ਬਚੇ ਨੇ ਅਤੇ ਉਹਨਾਂ ਦੇ ਦਾਦਾ ਦਾਦੀ, ਅਤੇ ਦਾਦਾ ਦਾਦੀ ਇਹਨਾਂ 3 ਬੱਚਿਆਂ ਨੂੰ ਕਿੱਦਾਂ ਸਾਂਭਣਗੇ, ਕਿੱਦਾਂ ਸਾਂਭ ਸੰਭਾਲ ਕਰਨਗੇ, ਇਹ ਵੀ ਇੱਕ ਵੱਡਾ ਸਵਾਲ ਹੈ। ਅਗਰ ਕਿਰਨ ਬਾਲਾ ਦੀ ਗੱਲ ਕੀਤੀ ਜਾਵੇ ਤਾਂ ਕਿਰਨ ਬਾਲਾ ਨੇ ਇੱਕ ਵੀਡੀਓ ਮੈਸੇਜ ਦੇ ਜ਼ਰੀਏ ਸਾਰੇ ਭਾਰਤੀਆਂ ਨੂੰ ਅਤੇ ਆਪਣੇ ਪਰਿਵਾਰ ਨੂੰ ਇਹ ਮੈਸੇਜ ਭੇਜ ਦਿੱਤਾ ਹੈ ਕਿ ਉਸਨੇ ਉੱਥੇ ਨਿਕਾਹ ਆਪਣੀ ਮਰਜ਼ੀ ਦੇ ਨਾਲ ਕਰਵਾਇਆ ਹੈ। ਅਗਰ ਉਸਨੂੰ ਕਿਸੇ ਵੀ ਜ਼ਬਰਦਸਤੀ ਦੇ ਨਾਲ ਪਾਕਿਸਤਾਨ ਤੋਂ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਸਦੀ ਲਾਸ਼ ਹੀ ਵਾਪਸ ਆਵੇਗੀ। ਮੇਰੀ ਮਰਜ਼ੀ ਤੇ ਆਈ ਹੂੰ, ਠੀਕ ਹੈ, ਮੈਨੇ ਕੋਈ ਨੇ ਜ਼ਬਰਦਸਤੀ ਨਹੀਂ ਕਰੀ, ਪਾਕਿਸਤਾਨੀ ਸਾਰੇ ਅੱਛੇ ਹੈ, ਮੈਨੇ ਆਪਣੀ ਮਰਜ਼ੀ ਸੇ ਸ਼ਾਦੀ ਕੀ ਹੈ, ਇਸਲਾਮ ਕਬੂਲ ਕੀਆ ਹੈ, ਹਮੇਸ਼ਾ ਯਹਾਂ ਪੇ ਰਹਿਣਾ ਚਾਹਤੀ ਹੂੰ, ਯਹਾਂ ਸੇ ਨਹੀਂ ਜਾਣਾ ਚਾਹਤੀ, ਅਗਰ ਮੁਝੇ ਯਹਾਂ ਸੇ ਭੇਜਾ ਗਿਆ ਤੋ ਮੈਂ ਮਰ ਕੇ ਹੀ ਜਾਊਂਗੀ, ਜ਼ਿੰਦਗੀ ਤੋਂ ਮੈਂ ਵੀ ਨਹੀਂ ਜਾਤੀ, ਫਿਰ ਉਹ ਮਸਲੇ ਬਣੇਗੇ, ਇਸ ਸੇ ਅੱਛਾ ਹੈ ਕਿ ਆਪ ਮੁਝੇ ਯਹਾਂ ਪੇ ਰਹਿਣੇ ਕੀ ਪਨਾਹ ਦੋ, ਮੇਰੀ ਮਦਦ ਕਰੇ ਸਾਰੇ, ਔਰ ਜ਼ਿਆਦਾ ਤੋਂ ਜ਼ਿਆਦਾ ਮੁਝੇ ਮੇਰੀ ਮਦਦ ਕਰੇ। ਗੁਰਪਿਆਰਿਓ, ਇਹ ਸਾਰਾ ਘਟਨਾਕ੍ਰਮ ਵੇਖ ਕੇ ਤੁਹਾਨੂੰ ਕੀ ਲੱਗਦਾ ਹੈ? ਇਹੀ ਆ ਰਿਹਾ ਹੋਵੇਗਾ ਕਿ ਬਹੁਤ ਗਲਤ ਕਦਮ ਚੱਕਿਆ, ਬਹੁਤ ਘਟੀਆ ਹਰਕਤ ਕੀਤੀ। ਪਰ ਗੁਰਪਿਆਰਿਓ, ਇਸਦਾ ਇੱਕ ਦੂਸਰਾ ਪਹਿਲੂ ਵੀ ਹੈ। ਹਾਂ, ਕਿਰਨ ਬਾਲਾ ਨੇ ਜੋ ਕੀਤਾ ਉਹ ਗਲਤ ਕੀਤਾ, ਉਸਨੇ ਜੋ ਹਰਕਤ ਕੀਤੀ ਉਹ ਉਸਨੂੰ ਨਹੀਂ ਸੀ ਕਰਨੀ ਚਾਹੀਦੀ। ਪਰ ਹਾਂ, ਜੇ ਅਸੀਂ ਨੂੰਹਾਂ ਨੂੰ ਵਾਕੇ ਹੀ ਧੀਆਂ ਵਾਂਗ ਰੱਖੀਏ ਅਤੇ ਨੂੰਹਾਂ ਨੂੰ ਵਾਕੇ ਹੀ ਧੀਆਂ ਸਮਝ ਕੇ ਛਾਤੀ ਦੇ ਨਾਲ ਲਾਈਏ ਤਾਂ ਹੋ ਸਕਦਾ ਹੈ ਕਿ ਧੀਆਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਆਪਣੀ ਸੱਸ ਦੇ ਨਾਲ ਜਾਂ ਸਹੁਰੇ ਦੇ ਨਾਲ ਕਰਨ ਤੋਂ ਕਦੀ ਨਾ ਕਤਰਾਉਣ। ਹੋ ਸਕਦਾ ਹੈ ਕਿਰਨ ਬਾਲਾ ਪਹਿਲਾਂ ਤੋਂ ਹੀ ਵਿਆਹ ਕਰਵਾਉਣਾ ਚਾਹੁੰਦੀ ਹੋਵੇ, ਪਰ ਕਿਸੇ ਬੰਦਿਸ਼ ਕਰਕੇ ਜਾਂ ਕਈ ਹੋਰ ਕਾਰਨਾਂ ਕਰਕੇ ਉਹ ਇਹ ਗੱਲ ਕਿਸੇ ਨੂੰ ਨਾ ਕਹਿ ਸਕੀ, ਜਿਸ ਦੇ ਚੱਲਦਿਆਂ ਉਸਨੇ ਦੇਸ਼ ਛੱਡ ਕੇ ਹੀ ਵਿਆਹ ਕਰਵਾਉਣਾ ਮੁਨਾਸਿਬ ਸਮਝਿਆ। ਇਹ ਸਿਰਫ ਮੇਰੇ ਆਪਣੇ ਨਿੱਜੀ ਵਿਚਾਰ ਹਨ। ਜੇਕਰ ਇਹਨਾਂ ਵਿਚਾਰਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ, ਹੱਥ ਬੰਨ ਕੇ ਮੁਆਫੀ ਹੈ ਜੀ। ਜੇ ਵਿਚਾਰ ਚੰਗੇ ਲੱਗੇ ਹੋਣ, ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।